ਸਤਿ ਸ਼੍ਰੀ ਅਕਾਲ ਜੀ, ਮੈਂ ਰਜਨੀ ਵੈਸਟਰਨ ਓਵਰਸੀਜ਼ ਤੋਂ ਅੱਜ ਇੱਕ ਹੋਰ ਨਵਾਂ ਵੀਜ਼ਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਸਪਟੈਂਬਰ 2018 ਸੈਸ਼ਨ ਦਾ ਸਾਡਾ ਵੀਜ਼ਾ ਆਇਆ ਮਨਦੀਪ ਕੁਮਾਰ ਦਾ। ਮਨਦੀਪ ਬੰਗਾ ਤੋਂ ਬਿਲੋਂਗ ਕਰਦੇ ਆ ਔਰ ਇਹ ਸਾਡੇ ਕੋਲ 2 ਮਹੀਨੇ ਪਹਿਲਾਂ ਵਿਜ਼ਿਟ ਕੀਤੇ ਸੀਗੇ ਔਰ ਇਹਨਾਂ ਦਾ ਅੱਜ ਕੈਨੇਡਾ ਦਾ ਵੀਜ਼ਾ ਆਇਆ ਸਪਟੈਂਬਰ ਇਨਟੇਕ ਦਾ। ਸੋ ਮਨਦੀਪ ਦੀ ਥੋੜ੍ਹੀ ਪ੍ਰੋਫਾਈਲ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ। ਮਨਦੀਪ ਨੇ ਬੀਟੈਕ ਕੀਤੀ ਹੋਈ ਹੈ 2017 ਦੇ ਵਿੱਚ ਵਿਦ 62% ਮਾਰਕਸ ਦੇ ਨਾਲ ਔਰ ਆਇਲਸ ਵਿੱਚੋਂ ਇਹਨਾਂ ਦੇ 6 ਬੈਂਡ ਹੈ, 6 ਨੋਟ ਲੈਸ ਦੈਨ 5.5। ਔਰ ਅੱਜ ਇਹਨਾਂ ਦਾ ਕੋਨੇਸਟੋਗਾ ਕਾਲਜ ਦਾ ਵੀਜ਼ਾ ਆਇਆ ਜੀ, PG ਡਿਪਲੋਮਾ ਇਨ ਪ੍ਰੋਸੈਸ ਕੁਆਲਿਟੀ ਇੰਜੀਨੀਅਰਿੰਗ ਦੇ ਵਿੱਚ। ਸੋ ਮੈਂ ਕੰਗ੍ਰੈਚੁਲੇਟ ਕਰੂੰਗੀ ਮਨਦੀਪ ਨੂੰ। ਮਨਦੀਪ, ਤੁਸੀਂ ਥੋੜ੍ਹਾ ਸ਼ੇਅਰ ਕਰੋ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਸਾਡੇ ਨਾਲ। ਬਹੁਤ ਵਧੀਆ ਰਿਹਾ। ਅਸੀਂ ਇਸ ਆਫਿਸ ਵਿੱਚ 2 ਮਹੀਨੇ ਪਹਿਲਾਂ ਆਏ ਸੀਗੇ ਅਤੇ ਦੈਨ ਅਸੀਂ ਆਉਂਦੇ ਹੀ ਰਜਨੀ ਮੈਮ ਨੂੰ ਮਿਲਿਆ। ਅਸੀਂ ਇਸ ਤੋਂ ਪਹਿਲਾਂ ਇਸ ਆਫਿਸ ਬਾਰੇ ਚੜ੍ਹਦੀ ਕਲਾ ਟਾਈਮ TV ਦੇ ਉੱਪਰ ਪ੍ਰਦੀਪ ਲਿਆਣ ਸਾਹਿਬ ਨੂੰ ਦੇਖਿਆ, ਜੋ ਬਹੁਤ ਵਧੀਆ ਗਾਈਡ ਕੀਤਾ। ਉਹ ਤੋਂ ਬਾਅਦ ਅਸੀਂ ਮੈਮ ਨੂੰ ਸਿੱਧਾ ਆ ਕੇ ਮਿਲੇ ਅਤੇ ਦੈਨ ਇਹਨਾਂ ਦੀ ਗਾਈਡੈਂਸ ਸਾਨੂੰ ਬਹੁਤ ਵਧੀਆ ਲੱਗੀ। ਬਟ ਇਹਨਾਂ ਤੋਂ ਪਹਿਲਾਂ ਅਸੀਂ 2-3 ਹੋਰ ਜਗ੍ਹਾ 'ਤੇ ਵੀ ਗਏ, ਦੈਨ ਉਹਨਾਂ ਨੇ ਸਾਨੂੰ ਬਹੁਤ ਮਿਸਗਾਈਡ ਕੀਤਾ। ਦੈਨ ਕੁਛ ਪੈਸੇ ਵੱਧ ਲੈ ਰਹੇ ਸੀਗੇ, ਕੁਛ ਐਕਸਟਰਾ ਚਾਰਜਸ ਲੱਗ ਰਹੇ ਸੀਗੇ। ਦੈਨ ਅਸੀਂ ਉਹ ਬਾਅਦ ਵਿੱਚ ਇੰਟਰਨੈਟ 'ਤੇ ਦੇਖਿਆ, ਦੈਨ ਇੰਟਰਨੈਟ 'ਤੇ ਰਜਨੀ ਮੈਮ ਦੀ ਗਾਈਡੈਂਸ ਬਹੁਤ ਮਿਲਦੀ ਚੁਲਦੀ ਸੀ। ਦੈਨ ਇਹਨਾਂ ਨੇ ਇੱਥੇ ਅਸੀਂ ਆਪਣੀ ਐਪਲੀਕੇਸ਼ਨ ਪਾ ਕੇ ਚਲੇ ਗਏ। ਦੈਨ ਆਫਟਰ 2 ਮੰਥ ਮੇਰੇ ਕੋਲ ਮੇਰੇ ਹੱਥ ਵਿੱਚ ਵੀਜ਼ਾ ਹੈਗਾ ਆ। ਦੈਨ ਦਾ ਮੈਂ ਬਾਕੀ ਹੋਰ ਸਟੂਡੈਂਟਾਂ ਨੂੰ ਵੀ ਰਿਕਮੈਂਡ ਕਰਦਾ, ਦੈਨ ਉਹ ਇੱਕ ਵਾਰੀ ਜ਼ਰੂਰ ਆਫਿਸ ਵਿਜ਼ਿਟ ਕਰਨ, ਦੈਨ ਰਜਨੀ ਮੈਮ ਨੂੰ ਮਿਲਣ। ਐਂਡ ਥੈਂਕਸ ਟੂ ਵੈਸਟਰਨ ਓਵਰਸੀਜ਼। ਕਰੂੰਗੀ, ਅਗਰ ਤੁਸੀਂ ਕੋਈ ਵੀ ਗਾਈਡੈਂਸ ਲੈਣਾ ਚਾਹੁੰਦੇ ਆ ਤੁਸੀਂ ਸਾਨੂੰ ਆਫਿਸ ਡਾਇਰੈਕਟਲੀ ਆ ਕੇ ਮਿਲ ਸਕਦੇ ਹੋ ਔਰ ਸੈਕੰਡਲੀ ਤੁਸੀਂ ਸਾਡੇ ਯੂਟਿਊਬ ਪੇਜ ਲਾਈਕ ਕਰ ਸਕਦੇ ਹੋ ਔਰ ਫੇਸਬੁੱਕ 'ਤੇ ਵੀ ਆਪਣੇ ਕੁਐਰੀਜ ਪਾ ਸਕਦੇ ਹੋ, ਤੁਹਾਨੂੰ ਰਿਸਪੋਂਸ ਜ਼ਰੂਰ ਮਿਲੇਗਾ। ਥੈਂਕ ਯੂ ਸੋ ਮਚ, ਪਲੀਜ਼ ਵਿਜ਼ਿਟ ਵੈਸਟਰਨ ਓਵਰਸੀਜ਼ ਬਸ। ਥੈਂਕ ਯੂ।